ਅੱਜ ਇੱਥੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਕੋਵਿਡ ਦੇ ਰਿਲੇਟਡ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਸੀ ਉਹਦੇ ਅਨੁਸਾਰ ਅੱਜ ਇੱਕ ਮੌਕ ਡਰਿਲ ਕੀਤੀ ਗਈ ਆ, ਜਿਸ ਵਿੱਚ ਅਸੀਂ ਪੇਸ਼ੈਂਟ ਜਦੋਂ ਸਾਡੇ ਕੋਲ ਐਮਰਜੈਂਸੀ ਸਟਾਰਟਿੰਗ 'ਚ ਆਇਆ ਉੱਥੋਂ ਲੈ ਕੇ ਜਦੋਂ ਅਸੀਂ ਉੱਪਰ ਕੋਵਿਡ ਵਾਰਡ ਜਿਹੜਾ ਸਾਡੇ ਕੋਲ 30-bedded ਜ਼ੋਨ ਬਣਾਇਆ ਹੋਇਆ ਉੱਥੇ ਸ਼ਿਫਟ ਕੀਤਾ ਗਿਆ ਹੈਗਾ। ਬਟ ਇੱਥੇ ਇਹ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਸਿਰਫ ਲੈਵਲ 1 ਦੀ ਫੈਸਿਲਿਟੀ ਹੈ ਇੱਥੇ, ਜੇ ਕੋਈ ਪਰਸਨ ਨੂੰ ਅੱਗੇ ਜ਼ਿਆਦਾ ਤਕਲੀਫ ਹੁੰਦੀ ਹੈ ਬਟ ਟਰਸ਼ਰੀ ਕੇਅਰ ਲਈ ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੱਖਿਆ ਕਰਦੇ ਹਾਂ।